ਤਸਵੀਰਾਂ ਜਸ਼ਨ ਦਾ ਮਾਹੌਲ ਕਾਕਾ ਰਣਦੀਪ ਦੇ ਘਰ ਦੀਆਂ ਨੇ, ਮੰਤਰੀ ਕਾਕਾ ਰਣਦੀਪ ਦੇ ਘਰ ਦੀਆਂ ਨੇ। ਕਾਕਾ ਸਾਹਿਬ 42 ਸਾਲਾਂ ਬਾਅਦ ਮਿਨਿਸਟਰੀ ਮਿਲੀ ਆ ਦੁਬਾਰਾ, ਘਰ ਨੂੰ ਕੀ ਕਰੋਗੇ, ਕੀ ਗੋਲ ਹੈ? ਦੇਖੋ ਜੇ ਕੁਦਰਤ ਨੇ ਜ਼ਿੰਮੇਵਾਰੀ ਦਿੱਤੀ ਹੈ, ਕੁਦਰਤ ਦੀ ਰਜ਼ਾ 'ਚ ਰਹਿ ਕੇ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਪਾਰਟੀ ਦਾ ਨਾਮ ਰੋਸ਼ਨ ਕਰੀਏ, ਸਾਡੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰੀਏ, ਔਰ ਜਿਹੜਾ ਮਾਨ ਸਤਿਕਾਰ ਸਾਨੂੰ ਇਹ ਪਾਰਟੀ ਨੇ ਬਖਸ਼ਿਆ ਉਹ ਸਦਾ ਲਈ ਅਸੀਂ, ਸਾਡੀ ਇਹੀ ਉਪਰਾਲਾ ਹੋਏਗਾ ਕਿ ਉਸੇ ਪੂਰਨ ਤੌਰ ਤੇ ਉਤਰ ਕੇ ਕਾਂਗਰਸ ਨਾਮ ਸਦਾ ਲਈ ਜਾਗ੍ਰਿਤ ਰਹਿ ਸਕੇ। ਬਹੁਤ ਬੜਾ ਖੁਸ਼ਨੁਮਾ ਆ, ਪਰ ਜਦੋਂ ਮੈਂ ਸਵਾਲ ਹੈ ਕਿ 3 ਵਜੇ ਤੱਕ ਕਿਤੇ ਨਾ ਕਿਤੇ ਕਸ਼ਮਕਸ਼ ਰਹੀ ਸੀਗੀ, ਉਹ ਕਸ਼ਮਕਸ਼ ਨੂੰ ਕਿਵੇਂ ਬਿਆਨ ਕਰਦੇ ਹੋ? ਦੇਖੋ ਜ਼ਿੰਦਗੀ ਦੇ ਸਫ਼ਰ 'ਚ ਉਤਰਾਓ ਚੜਾਓ ਆਉਂਦੇ ਰਹਿੰਦੇ, ਔਰ ਮੈਂ ਦਿਲ ਦੀ ਗਹਿਰਾਈਆਂ 'ਚੋਂ ਕੋਟਨ ਕੋਟ ਧੰਨਵਾਦ ਕਰਨਾ ਸ਼੍ਰੀਮਤੀ ਸੋਨੀਆ ਗਾਂਧੀ ਸਾਡੀ ਅਧਿਆਕਸ਼ਾ ਦਾ, ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਔਰ ਵਿਸ਼ੇਸ਼ ਤੌਰ 'ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਦਾ, ਸਾਡੇ ਪ੍ਰਭਾਰੀ ਸਾਹਿਬ ਦਾ, ਔਰ ਨਾਲ ਸਾਡੇ ਦੋਨੋਂ ਡਿਪਟੀ ਸੀ ਐਮ ਸਾਹਿਬ ਦਾ, ਔਰ ਵਿਸ਼ੇਸ਼ ਤੌਰ 'ਤੇ ਸਿੱਧੂ ਸਾਹਿਬ ਦਾ ਕਿ ਜਿਨ੍ਹਾਂ ਨੇ ਵਿਸ਼ਵਾਸ ਮੇਰੇ ਜਿਤਾ ਕੇ ਐਡੀ ਭਾਰੀ ਜ਼ਿੰਮੇਵਾਰੀ ਦਿੱਤੀ ਹੈ। ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ, ਸਮਾਂ ਬੜਾ ਸੀਮਿਤ ਹੈ, ਉਸ ਕੋਸ਼ਿਸ਼ ਕਰਾਂਗੇ ਕਿ ਉਸ ਸੀਮਿਤ ਸਮੇਂ ਦੇ ਦੌਰਾਨ ਤਹਿਤ ਅਸੀਂ ਉਹ ਲੋਕਾਂ ਦੀ ਭਾਵਨਾ 'ਤੇ ਪੂਰੇ ਉਤਰ ਸਕੀਏ। ਇਹੀ ਸਾਡਾ ਉਪਰਾਲਾ ਹੋਊਗਾ, ਔਰ ਇਹੀ ਸਾਨੂੰ ਗਾਹਾਂ ਨੂੰ 2022 'ਚ ਜਿੱਤ ਲੈ ਕੇ ਆ ਕੇ ਹਾਸਲ ਕੋਈ ਇੱਛਾ ਜ਼ਾਹਰ ਕੀਤੀ ਗਈ ਹੈ? ਉਹ ਜਿਵੇਂ ਉਹ ਪ੍ਰੈਰੋਗੇਟਿਵ ਸੀ ਐਮ ਸਾਹਿਬ ਦਾ ਅਤੇ ਸਾਡੀ ਅਧਿਆਕਸ਼ਾ ਸ਼੍ਰੀਮਤੀ ਸੋਨੀਆ ਗਾਂਧੀ ਦਾ, ਜੋ ਜ਼ਿੰਮੇਵਾਰੀ ਦੇਣਗੇ ਇਮਾਨਦਾਰੀ ਨਾਲ ਨਿਭਾਵਾਂਗੇ। ਪਰ 90 ਦਿਨਾਂ ਨੂੰ 4.5 ਸਾਲਾਂ ਦੇ ਭਾਰੀ ਕਿਵੇਂ ਰੱਖੋਗੇ, ਵੱਡਾ ਸਵਾਲ ਹੈ। ਕਦੇ ਨਾ ਕਦੇ ਜ਼ਿੰਦਗੀ ਦੇ ਸਫ਼ਰ 'ਚ ਕਹਿੰਦੇ ਸ਼ੁਰੂਆਤ ਹੁੰਦੀ ਹੈ, ਅਤੇ ਸ਼ੁਰੂਆਤ ਹੀ ਤੁਸੀਂ ਆਪ ਜ਼ਿਕਰ ਕੀਤਾ, ਨਵਾਂ ਯੁੱਗ ਹੈ, ਸੋ ਨਵਾਂ ਯੁੱਗ 'ਚ ਸ਼ਮਤਾ ਵੀ ਰੱਖਦਾ ਹੁੰਦਾ ਕੰਮ ਕਰਨ ਦੀ, ਸੋ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਵਧੀਆ ਜਲਦੀ ਕੰਮ ਹੋਏ। ਯੰਗ ਬ੍ਰਿਗੇਡ ਦੇ ਨਾਲ ਸੂਰਜ ਜਿਹੜਾ ਨਿਕਲਣਾ ਆ, ਉਹ ਕਿਵੇਂ ਦੇਖਦੇ ਹੋ, ਕਿੱਦਾਂ ਦਾ ਹਾਲਾਤ, ਕਿੱਦਾਂ ਦਾ ਪੰਜਾਬ ਸਿਰਜੋਗੇ? ਪੰਜਾਬ ਅੱਜ ਜਿਹੜੀ ਖੁਸ਼ੀ ਹੈ, ਤੁਸੀਂ ਆਪ ਦੇਖ ਰਹੇ ਹੋ ਖੁਸ਼ੀ ਦੀ ਲਹਿਰ ਚੱਲੀ ਹੈ, ਕਿਉਂਕਿ ਕੈਬਨਿਟ ਅੱਜ ਹੀ ਗਠਨ ਹੋਇਆ, ਸੋ ਅੱਜ ਕੱਲ੍ਹ ਤੋਂ ਪਰਸੋਂ ਨੂੰ ਸਾਡੀ ਕੈਬਨਿਟ ਮੀਟਿੰਗ ਹੈ, ਸੋ ਹਲੇ ਇੱਕ ਸ਼ੁਰੂਆਤ ਜਦ ਕਰਨੀ ਹੈ ਤਾਂ ਹੌਲੀ ਹੌਲੀ ਉਸ ਕੈਬਨਿਟ ਦੇ ਦਰਮਿਆਨ ਕਾਫੀ ਕੁਝ ਸਿੱਖਿਆ ਜਾਂਦਾ, ਔਰ ਉਹ ਲੋਕਾਂ ਤੱਕ ਪਹੁੰਚਾਉਣ ਦੀ ਸਾਡੇ ਕੋਲ ਸਵਾਲ ਹੈ। ਜਿਹੜੇ ਹੁਣ ਵੀ ਥੋੜ੍ਹੀ ਬਹੁਤ ਬਗਾਵਤ ਦੇਖਣ ਨੂੰ ਮਿਲੀ ਆ, ਉਹਨੂੰ ਕਿਵੇਂ ਆਲ ਇਸ ਵੈਲ ਕਿਵੇਂ ਕਰੋਗੇ? ਦੇਖੋ ਜ਼ਿੰਦਗੀ ਦੇ ਸਫ਼ਰ 'ਚ ਨਾ ਉਤਰਾਓ ਚੜਾਓ ਤਾਂ ਹੀ ਤੁਸੀਂ ਹੋ ਚਾਹੇ ਮੈਂ ਹਾਂ, ਸਭ ਦੀ ਜ਼ਿੰਦਗੀ ਦੇ ਸਫ਼ਰ 'ਚ ਉਤਰਾਓ ਚੜਾਓ ਆਉਂਦੇ ਰਹਿੰਦੇ ਹੋਣਗੇ, ਔਰ ਉਤਰਾਓ ਚੜਾਓ ਦੇ ਦਰਮਿਆਨ ਜੇ ਇੱਕ ਜ਼ਿੰਦਗੀ ਇੱਕ ਸਫ਼ਰ 'ਤੇ ਜਾਂ ਇੱਕ ਰਫ਼ਤਾਰ 'ਤੇ ਚੱਲਦੀ ਰਹੇ ਤਾਂ ਕਿਤੇ ਨਾ ਕਿਤੇ ਕੁਦਰਤ ਨਹੀਂ ਯਾਦ ਆਉਂਦਾ, ਸੋ ਕੁਦਰਤ ਜਦ ਯਾਦ ਆਉਂਦਾ ਤਾਂ ਉਤਰਾਓ ਚੜਾਓ ਵੀ ਪੂਰੇ ਹੋ ਜਾਂਦੇ ਹੁੰਦੇ, ਔਰ ਜਦ ਔਖਟਾ ਨਾ ਆਉਣ ਤਾਂ ਸਾਨੂੰ ਸੁਖਾਲਾ ਥਮਾਂ ਵੀ ਨਹੀਂ ਦਿਖਦਾ ਹੁੰਦਾ, ਤੋ ਇਹ ਮੈਂ ਸਮਝਦਾ ਸਾਨੂੰ ਜਿਹੜੀ ਇਹ ਚੈਲੰਜ ਹੈ ਉਹਨੂੰ ਚੈਲੰਜ ਨੂੰ ਸਾਹਮਣਾ ਕਰਕੇ ਆਪ ਦੇ ਵਿਧਾਇਕ ਪੈਦਾ ਕਰ ਰਹੇ ਨੇ, ਮੈਂ ਉਸ ਚੀਜ਼ ਬਾਰੇ ਗੱਲ ਕਰ ਰਿਹਾ ਕਿ ਥੋੜੇ ਲੋਕਾਂ ਦੀ ਭਾਵਨਾ ਹੈ, ਸਾਡਾ ਫਰਜ਼ ਹੈ ਉਹਨਾਂ ਤੱਕ ਪਹੁੰਚਣਾ, ਸਾਡਾ ਫਰਜ਼ ਹੈ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ, ਕਿਉਂਕਿ ਇਹ ਜਿਹੜੇ ਮੰਤਰਾਲੇ ਹਨਗੇ ਇਹ ਇੱਕ ਕੁਰਸੀ ਹੈ, ਜ਼ਿੰਮੇਵਾਰੀ ਹੈ, ਇਹ ਜੇ ਅਸੀਂ ਵੱਧ ਚੜ ਕੇ ਲੋਕਾਂ ਦੇ ਕੰਮ ਕਰਾਂਗੇ ਉਹਦੀ ਭਾਵਨਾ 'ਤੇ ਉਤਰਾਂਗੇ, ਉਹ ਵਿਧਾਇਕਾਂ ਦੇ ਜਿਹੜੀ ਭਾਵਨਾ ਪੂਰੀਆਂ ਹੋਣਗੀਆਂ, ਵਿਧਾਇਕ ਗਾਹਾਂ ਨੂੰ ਇਲੈਕਸ਼ਨ ਲੜ ਕੇ ਵਧੀਆ ਕਾਮਯਾਬੀ ਹਾਸਲ ਕਰਨਗੇ। ਸੋ ਅੱਗੇ ਨੂੰ ਇਲੈਕਸ਼ਨ ਲੜ ਕੇ ਕਾਮਯਾਬੀ ਹਾਸਲ ਕੀਤੀ ਜਾਵੇਗੀ, ਹੁਣ ਦੇਖਣਾ ਇਹ ਹੈ ਕਿ ਹਾਲਾਂਕਿ ਜਿਹੜੀਆਂ ਦਰਾੜਾਂ ਨੇ ਜਾਂ ਜਿਹੜੇ ਬਗਾਵਤੀ ਸੁਰ ਨੇ ਉਹ ਠੰਡੇ ਕਿਵੇਂ ਪਾਏ ਜਾਂਦੇ ਨੇ। ਤਾਂ ਖਾਸ ਤੌਰ 'ਤੇ ਕਾਕਾ ਰਣਦੀਪ ਦੀ ਗੱਲ ਕਰੀਏ, ਇਸ ਘਰ ਦੇ ਵਿੱਚ ਨਾਭਾ ਪਰਿਵਾਰ ਦੇ ਵਿੱਚ, ਇਸ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਵੱਡੀ ਹੈ ਅਤੇ ਸਮਰਥਕਾਂ ਤੁਸੀਂ ਦੇ ਸਕਦੇ ਹੋ ਕਿ ਜੀ? ਹਾਂਜੀ ਹਾਂਜੀ, ਸਰਪੰਚ, ਬਲਾਕ ਸੰਮਤੀ ਮੈਂਬਰ, ਹਾਂਜੀ ਕਾਕਾ ਜੀ ਨੂੰ ਬਹੁਤ ਖੁਸ਼ੀ ਹੋਈ ਹੈ ਜੀ, ਇਹ ਜੇ ਨਾ ਬਣਾਉਂਦੇ ਸਾਨੂੰ ਬਹੁਤ ਕਮੀ ਹੋਣੀ ਸੀ, ਰਾਤ ਸਾਡੀ ਬਹੁਤ ਔਖੀ ਲੱਗੀ ਹੈ। ਹਾਂਜੀ ਅਸੀਂ 92 ਤੋਂ ਲੈ ਕੇ ਹੁਣ ਤੱਕ ਕਾਂਗਰਸ ਐਮ ਐਲ ਏ ਦਿੱਤਾ, ਸਾਨੂੰ 92 ਤੋਂ ਬਾਅਦ ਪਹਿਲੀ ਵਾਰੀ ਰੀਪ੍ਰਜੈਂਟੇਸ਼ਨ ਮਿਲੀ ਆ, ਨਹੀਂ 92 ਸਾਲਾਂ ਬਾਅਦ, 42 ਸਾਲਾਂ ਬਾਅਦ ਇਸ ਘਰ 'ਚ ਦੁਬਾਰਾ ਮਿਨਿਸਟਰੀ ਆਈ ਹੈ। ਹਾਂਜੀ ਹਾਂਜੀ, ਸਾਰੇ ਨਗਰ 'ਚ ਅਮਲੋਹ ਹਲਕੇ 'ਚ ਬਹੁਤ ਖੁਸ਼ੀ ਆ, ਤੇ ਕਾਕਾ ਜੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਅੱਛਾ। ਤੇ ਦੇਖਣਾ ਚਾਹੋਗੇ ਕਿੱਦਾਂ ਹਲਕਿਆਂ ਨੂੰ ਬਦਲਿਆ ਜਾਵੇ, ਅਮਲੋਹ ਤੇ ਨਾਭੇ ਦੀ ਖਾਸ ਤੌਰ ਤੇ ਜ਼ਿੰਮੇਵਾਰੀ ਵੱਡੀ ਪੈ ਗਈ? ਅਸੀਂ ਜਿਵੇਂ ਸਾਡੇ ਹਲਕੇ 'ਚ ਕੰਮ ਕਰਿਆ ਇਹਨਾਂ ਨੇ, ਰੂਰਲ 'ਚ, ਸ਼ਹਿਰਾਂ 'ਚ 30-32 ਕਰੋੜ ਰੁਪਈਆ ਸਾਡੇ ਪਿੰਡਾਂ 'ਚ ਲੱਗ ਗਿਆ, ਅਸੀਂ ਉਸ ਤਰ੍ਹਾਂ ਹੀ ਚਾਹੁੰਦੇ ਹਾਂ ਵੀ ਸਾਰੇ ਦੋਵੇਂ ਹਲਕਿਆਂ ਦੀ ਪੂਰੀ ਡਿਵੈਲਪਮੈਂਟ ਕੀਤੀ ਜਾਵੇ। ਹਲਕਿਆਂ ਦੀ ਡਿਵੈਲਪਮੈਂਟ ਕੀਤੀ ਜਾਵੇ, ਵਿਕਾਸ ਦਾ ਨਵਾਂ ਸੂਰਜ ਉਮੀਦ ਰੱਖਦਾ ਹੈ ਕਿ ਚੜ੍ਹੇਗਾ ਇਸ ਕੈਬਨਿਟ ਤੋਂ ਬਾਅਦ, ਲੇਕਿਨ ਖਾਸ ਤੌਰ ਤੇ ਉਹ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿਆਸਤ ਦਾ ਅਗਲਾ ਭਵਿੱਖ ਦਾ ਊਠ ਆ ਉਹ ਕਿਹੜੀ ਕਰਵਟ ਬੈਠਦਾ ਹੈ, ਤੇ ਖਾਸ ਤੌਰ ਤੇ ਜਿਹੜੀ ਯੰਗ ਬ੍ਰਿਗੇਡ ਹੈ ਇਹ ਕਿੱਦਾਂ ਦਾ ਕਮਾਲ ਕਰਦੀ ਆ, 4.5 ਸਾਲਾਂ ਨੂੰ ਕਿਵੇਂ 90 ਦਿਨਾਂ 'ਚ ਪੂਰਾ ਕਰਦੀ ਆ, ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਮੈਂ ਸੁਰਖਾਬ, ਆਪਣੇ ਸਹਿਯੋਗੀ ਸਮੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।